ਮੰਥਨ ਜੋ ਹੈ ਉਸ ਵਕਤ ਕਰਨ ਦੀ ਲੋੜ ਹੈ, ਨਬਸ ਟੋਲਣ ਦੀ ਲੋੜ ਹੈ ਕਿ ਆਖਰ ਖਾਮੀਆਂ ਕਿੱਥੇ ਰਹਿ ਗਈਆਂ। ਤਾਂ ਇੱਕ ਵੱਡੀ ਖਬਰ ਜੋ ਹੈ ਉਹ ਸਾਹਮਣੇ ਆ ਰਹੀ ਹੈ, ਪੋਆ ਤੋਂ ਕਾਂਗਰਸੀ ਵਿਧਾਇਕ ਜੁਗਿੰਦਰਪਾਲ ਦੀ ਹਾਰ ਹੋਈ ਹੈ, ਸਿਰਫ 150 ਵੋਟਾਂ ਦੇ ਫਰਕ ਦੇ ਨਾਲ ਸ਼ਿਕਸਤ ਮਿਲੀ। ਤਾਂ ਬਿਲਕੁਲ ਕਹਿੰਦੇ ਨੇ ਕਿ ਇੱਕ ਇੱਕ ਵੋਟ ਦਾ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ, ਮਾਇਨਾ ਹੁੰਦਾ ਹੈ। ਤਾਂ ਅੱਜ ਤੋਂ ਬਾਅਦ ਸਿਆਸਤ ਬੰਦ ਇਹ ਵੀ ਕਹਿ ਦਿੱਤਾ ਗਿਆ ਹੈ। ਤਾਂ ਪੋਆ ਤੋਂ ਕਾਂਗਰਸੀ ਵਿਧਾਇਕ ਜੁਗਿੰਦਰਪਾਲ ਦੀ ਹਾਰ ਹੋਈ, ਆਪ ਉਮੀਦਵਾਰ ਲਾਲਚੰਦ ਨੇ ਜੁਗਿੰਦਰਪਾਲ ਨੂੰ ਹਰਾਇਆ। ਤਾਂ ਇੱਥੇ ਵੀ ਆਪ ਦਾ ਪਰਚਮ ਲਹਿਰਾਉਂਦਾ ਨਜ਼ਰ ਆਇਆ। ਪੋਆ ਤੋਂ ਕਾਂਗਰਸੀ ਵਿਧਾਇਕ ਜੁਗਿੰਦਰਪਾਲ ਦੀ ਹਾਰ ਹੋਈ, ਹਾਰ ਤੇ ਹੋਈ ਤੇ ਮਹਿਜ਼ 150 ਵੋਟਾਂ ਦੇ ਫਰਕ ਦੇ ਨਾਲ ਸ਼ਿਕਸਤ ਜੋ ਹੈ ਉਹ ਮਿਲੀ ਹੈ। ਇਹ ਸਮਝਿਆ ਜਾ ਸਕਦਾ ਹੈ ਕਿ ਕਿੰਜ ਹਾਰ ਦਾ ਜੋ ਹੈ ਸਾਹਮਣਾ ਕਰਨਾ ਪਿਆ, ਔਰ ਕਹਿ ਸਕਦੇ ਹਾਂ ਕਿ ਇਹ ਜਿੱਤ ਵੀ ਹੋ ਸਕਦੀ ਸੀ ਪਰ 150 ਵੋਟਾਂ ਦੇ ਫਰਕ ਦੇ ਨਾਲ ਹਾਰ ਗਏ। ਤਾਂ ਉੱਧਰ ਆਪ ਉਮੀਦਵਾਰ ਲਾਲਚੰਦ ਦੇ ਵੱਲੋਂ ਜੁਗਿੰਦਰਪਾਲ ਨੂੰ ਹਰਾ ਦਿੱਤਾ ਗਿਆ ਹੈ। ਅਤੇ ਨਾਲ ਹੀ ਇਸ ਮੌਕੇ ਪੋਆ ਤੋਂ ਕਾਂਗਰਸੀ ਵਿਧਾਇਕ ਜੁਗਿੰਦਰਪਾਲ ਇਹ ਕਹਿੰਦੇ ਵੀ ਨਜ਼ਰ ਆਏ ਨੇ ਕਿ ਅੱਜ ਤੋਂ ਸਿਆਸਤ ਬੰਦ, ਯਾਨੀ ਕਿ ਸਮਝਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅੰਤਰਾਤਮਾ ਨੂੰ ਠੇਸ ਜੋ ਹੈ ਉਹ ਪਹੁੰਚੀ ਹੈ। ਤਾਂ ਸਿੱਧਾ ਕਹਿ ਰਹੇ ਨੇ ਇੱਕ ਦਿਲਚਸਪ ਮੁਕਾਬਲਾ ਜੋ ਹੈ ਉਹ ਦੇਖਣ ਨੂੰ ਮਿਲਿਆ, ਅਤੇ ਉੱਥੇ ਹੀ ਇਸ ਮੁਕਾਬਲੇ ਤੋਂ ਬਾਅਦ ਅਖੀਰ ਸੁਖਪਾਲ ਸਿੰਘ ਖਹਿਰਾ ਜੋ ਨੇ ਉਹ ਜਿੱਤੇ ਨੇ। ਤਾਂ ਜਿੱਤ ਤੋਂ ਬਾਅਦ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣਾਂਗੇ। ਤੁਸੀਂ ਸੱਚ ਤੇ ਪਹਿਰਾ ਦਿੰਦੇ ਰਹੋ, ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਆ। ਮੇਰੇ ਖਿਲਾਫ ਬਹੁਤ ਸਾਜ਼ਿਸ਼ਾਂ ਹੋਈਆਂ, ਬਹੁਤ ਧਿਰਾਂ ਨੇ ਬਹੁਤ ਕੌਨਸਪਰੇਸੀਜ਼ ਕੀਤੀਆਂ, ਔਰ ਮੈਨੂੰ ਬਹੁਤ ਉਹਨਾਂ ਨੇ ਪੋਲੀਟੀਕਲੀ ਮਾਰਜਨਲਾਈਜ਼ ਕਿ ਸਿਆਸਤ 'ਚੋਂ ਇਸ ਨੂੰ ਖਤਮ ਹੀ ਕਰ ਦੇਣਾ। ਪਰ ਉਹ ਅਕਾਲ ਪੁਰਖ ਵਾਹਿਗੁਰੂ ਬੈਠਾ ਵਾ, ਉਹਦੀ ਕਿਰਪਾ ਨਾਲ, ਆਪਣੇ ਇਲਾਕੇ ਦੇ ਵੋਟਰਸ ਦੇ ਸਹਿਯੋਗ ਦੇ ਨਾਲ, ਸਤਿਕਾਰ ਦੇ ਨਾਲ ਅਤੇ ਸੱਚ ਦੇ ਸਹਾਰੇ ਨਾਲ ਇਹ ਸਾਡੀ ਜਿਹੜੀ ਜਿੱਤ ਹੋਈ, ਇਹਦਾ ਸਿਹਰਾ ਸੱਚ ਨੂੰ ਜਾਂਦਾ। ਔਰ ਮੈਂ ਆਪਣੀ ਪਾਰਟੀ ਦੀ ਹਾਰ ਲਈ ਮੇਰੇ ਮਨ ਵਿੱਚ ਅਫਸੋਸ ਆ। ਮੈਨੂੰ ਦੁੱਖ ਹੈ ਕਿ ਕਾਂਗਰਸ ਨੇ ਪਿਛਲੇ 5 ਸਾਲ ਆਪਣੇ ਵੱਲੋਂ ਪੂਰਾ ਯਤਨ ਕੀਤਾ, ਬਟ ਸਮ ਹਾਓ ਪੀਪਲ ਵਾਂਟਡ ਅ ਚੇਂਜ, ਔਰ ਅਸੀਂ ਲੋਕਾਂ ਦੇ ਮੈਂਡੇਟ ਨੂੰ ਰਿਸਪੈਕਟ ਕਰਦਾ। ਮੈਂ ਜਿਹੜੀ ਸਰਕਾਰ ਨਵੀਂ ਬਣਨ ਜਾ ਰਹੀ ਆ ਉਹ ਤੋਂ ਸਾਨੂੰ ਉਮੀਦ ਆ ਕਿ ਜਿਹੜੇ ਉਹਨਾਂ ਨੇ ਗੱਲਾਂ ਵਾਅਦੇ ਕੀਤੇ ਨੇ ਉਹ ਅਵਸ਼ ਕਰਕੇ ਦਿਖਾਉਣਗੇ ਔਰ ਉਸ ਪੰਜਾਬ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ। ਕਿਉਂਕਿ ਕਹਿਣਾ, ਬੋਲਣ ਅਤੇ ਕਰਨ ਵਿੱਚ ਬਹੁਤ ਅੰਤਰ ਹੈ। ਇਹ ਹੁਣ ਉਹਨਾਂ ਦਾ ਇੱਕ ਲਿਟਮਸ ਟੈਸਟ ਹੈ ਕਿ ਇਮਤਿਹਾਨ ਆ ਕਿ ਉਹ ਕਿਸ ਤਰ੍ਹਾਂ ਪਰਫੋਰਮ ਕਰਦੇ। ਸੋ ਇਸ ਕਰਕੇ ਆਉਣ ਵਾਲਾ ਸਮੇਂ ਦੱਸੇਗਾ। ਅਸੀਂ ਓਪੋਜੀਸ਼ਨ ਦਾ ਰੋਲ ਜੋ ਸਾਨੂੰ ਲੋਕਾਂ ਨੇ ਦਿੱਤਾ ਵਾ, ਚੌਕੀਦਾਰ ਬਣਾਇਆ ਪੰਜਾਬ ਦਾ, ਉਹ ਪੂਰਾ ਡਟ ਕੇ ਅੱਖ ਚੱਖ ਪਾ ਕੇ ਨਿਡਰਤਾ ਦੇ ਨਾਲ, ਜਿੱਦਾਂ ਮੈਂ ਕਾਂਗਰਸ ਵੇਲੇ ਓਪੋਜੀਸ਼ਨ ਦਾ ਰੋਲ ਅਦਾ ਕੀਤਾ ਸੀਗਾ, ਇਟ ਵਿਲ ਬੀ ਔਨ ਦ ਸੇਮ। ਐਂਡ ਆਈ ਥਿੰਕ ਕਿ ਪੰਜਾਬ 'ਚ ਜਾਂ ਕਿਸੇ ਸਟੇਟ ਵਿੱਚ ਵੀ ਓਪੋਜੀਸ਼ਨ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ। ਓਨਲੀ ਦੈਨ ਦ ਗਵਰਨਮੈਂਟ ਕੈਨ ਫੰਕਸ਼ਨ ਅਪਰੋਪਰੀਏਟ। ਸੋ ਬਿਲਕੁਲ ਕਾਂਗਰਸ ਜੋ ਹੈ ਉਹ